ਬਿਲਕੁਲ ਸਾਜ਼ਿਸ਼ ਦੇ ਤਹਿਤ ਸਕਿਉਰਿਟੀ ਵਿਦਰਾ ਕਰਕੇ ਔਰ 24 ਘੰਟਿਆਂ ਦੇ ਅੰਦਰ ਅੰਦਰ ਮੇਰੇ ਬੱਚੇ ਨੂੰ ਇਸ ਦੁਨੀਆਂ ਤੋਂ ਵਿਦਾ ਕਰ ਦਿੱਤਾ। ਤਾਂ ਇਹਨਾਂ ਨੇ ਨਹਿਰ ਤੋਂ ਇਸ ਹੱਦ ਤੱਕ ਦੇਖ ਲਓ ਵੀ ਜਿਹੜਾ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਅਸੀਂ ਹਊਆ ਖਤਮ ਕੀਤਾ, ਇਹ ਹਊਆ ਫੇਰ ਪੈਦਾ ਹੋ ਗਿਆ। ਇਹ ਚਿੱਟੀਆਂ ਵੀਰੋ ਸੈਂਟਰ ਨੇ ਤੇ ਸਟੇਟ ਨੇ ਮਿਲ ਕੇ ਕੀਤੀ ਹੈ। ਇੱਕ ਭੋੜਾ ਭਰ ਮਾਸੂਮ ਜਿਹਨੂੰ ਇਹ ਨਹੀਂ ਪਤਾ ਮੇਰਾ ਜਨਮ ਹੋਇਆ ਕਿੱਥੇ ਹੈ, ਹਲੇ ਮੈਂ ਕਿਹੋ ਜਿਹੇ ਮਾਹੌਲ ਪਲਾ ਵੱਡਾ ਹੋਣਾ ਪਲਣਾ, ਤਾਂ ਉਹਦੇ ਪ੍ਰਤੀ ਵੀ ਇਹਨਾਂ ਦੀ ਕੀ ਸੋਚ ਹੈ। ਜਦੋਂ ਗੌਰਮੈਂਟ ਤੋਂ ਦਿੱਤੇ ਸਿੰਘ ਪੰਨੂ ਕਰਕੇ ਲੀਡਰ ਐਡਵਾਈਜ਼ਰ ਮੈਡਮ ਰਮੇਸ਼ੀ ਬਦਵਾ ਸਾਹਿਬ ਜੀ ਨੇ ਸਿੱਟ ਦੇ ਅੱਗੇ ਵੀ ਸਿੱਧੂ ਮੂਸੇਵਾਲਾ ਇੱਕ ਕੋਈ ਰਾਜਨੀਤਿਕ ਆਗੂ ਹੈ, ਇਹ ਦੋ ਬੰਦਿਆਂ ਨੂੰ ਪੰਜਾਬ ਦੇ ਵਿੱਚ ਜਿਹੜੀ ਥ੍ਰੈਟ ਪ੍ਰੋਫੈਸ਼ਨ ਉਹ ਸਭ ਤੋਂ ਹਾਈ ਹੈ। ਜੋ ਅਕਾਲ ਪੁਰਖ ਦੇ ਜਿੰਨੇ ਸਾਲ ਖਾਏ ਸੀ ਉਹ ਵਿਚਾਰਾ ਜਿਉਂ ਗਿਆ। ਪਹੁੰਚ ਕੀਤੀ ਤਾਂ ਮੈਨੂੰ ਮੌਕੇ 'ਤੇ ਸੁਰੱਖਿਆ ਵੀ ਮਿਲੀ, ਮੈਨੂੰ ਸੂਚਨਾ ਵੀ ਮਿਲੀ, ਮੈਨੂੰ ਹਲਾਤ ਰਹਿਣ ਬਾਰੇ ਚੌਕਸ ਵੀ ਕੀਤਾ ਗਿਆ। ਮੈਨੂੰ ਵਾਰ ਵਾਰ ਤੋਂ ਚੰਡੀਗੜ੍ਹ ਬੁਲਾ ਲੈਂਦੇ ਸੀ ਜਦੋਂ ਕਿਸੇ ਪਾਸੋਂ ਕੋਈ ਇਨਫੋਰਮੇਸ਼ਨ ਇਨਪੁੱਟ ਆਉਂਦੀ ਸੀਗੀ ਥਰਡ ਦੀ। ਪਰੰਤੂ ਇੱਥੇ ਸਪੈਸ਼ਲ ਸੈੱਲ ਨੇ ਦੱਸਿਆ ਸਰਕਾਰ ਨੂੰ ਵੀ ਸਿੱਧੂ ਮੂਸੇਵਾਲਾ ਇੱਕ ਕੋਈ ਰਾਜਨੀਤਿਕ ਆਗੂ ਹੈ, ਇਹ ਦੋ ਬੰਦਿਆਂ ਨੂੰ ਪੰਜਾਬ ਦੇ ਵਿੱਚ ਜਿਹੜੀ ਥ੍ਰੈਟ ਪ੍ਰੋਫੈਸ਼ਨ ਉਹ ਸਭ ਤੋਂ ਹਾਈ ਹੈ, ਤਾਂ ਉਹਦੇ ਲਈ ਸਕਿਉਰਿਟੀ ਵਧਾਈ ਜਾਵੇ। ਪਰੰਤੂ ਸਰਕਾਰ ਨੇ ਕੀਤਾ ਕਿ ਉਹ ਚਿੱਠੀ ਨੂੰ ਦੱਬਤਾ, ਸਕਿਉਰਿਟੀ ਸਗੋਂ ਵਿਡਰਾ ਕਰ, ਚਲੋ ਵਿਡਰਾ ਵੀ ਕਰ ਦਿੰਦੇ। ਇਲੈਕਸ਼ਨ ਤੋਂ ਬਾਅਦ ਟੋਟਲ ਸਕਿਉਰਿਟੀ ਵਿਡਰਾ ਹੋ ਗਈ ਸੀ, ਅਸੀਂ 12-15 ਦਿਨ ਘਰੇ ਰਹੇ ਬਿਨਾਂ ਕਿ ਮੈਂ ਤੋਂ ਤੱਕ ਤੁਹਾਨੂੰ ਮਾਰਿਆ ਨਹੀਂ ਕਿਸੇ ਨੇ। ਮਾਰਿਆ ਕਦੋਂ? ਜਦੋਂ ਗੌਰਮੈਂਟ ਤੋਂ ਦਿੱਤੇ ਸਿੰਘ ਪੰਨੂ ਕਰਕੇ ਮੀਡੀਆ ਐਡਵਾਈਜ਼ਰ ਮੈਡਮ ਰਮੇਸ਼ੀ ਬਦਵਾ ਸਾਹਿਬ ਜੀ ਨੇ ਸਿੱਟ ਦੇ ਅੱਗੇ ਚੈਟ ਵੀ ਪੇਸ਼ ਕੀਤੀ ਹੈ, ਜਿੱਦਾਂ ਉਹਨਾਂ ਨੇ ਖੁਦ ਚੈਟ ਕੀਤੀ ਸੀ ਜੀ, ਜਿਹੜੀ ਵਿਡਰਾ ਸਕਿਉਰਿਟੀ ਕੀਤੀ ਹੈ ਇਹਨੂੰ ਤੁਸੀਂ ਵਾਇਰਲ ਕਰ ਦਿਓ, ਮੈਂ ਸੀਮ ਸਾਹਿਬ ਤੋਂ ਬਾਤ ਕਰ ਲੂੰਗਾ, ਇਹ ਸਾਰੇ ਮੇਰੇ ਕੋਲ ਚੈਟ ਮੌਜੂਦ ਹੈ ਜੀ। ਬਿਲਕੁਲ ਸਾਜ਼ਿਸ਼ ਦੇ ਤਹਿਤ ਸਕਿਉਰਿਟੀ ਵਿਡਰਾ ਕਰਕੇ ਔਰ 24 ਘੰਟਿਆਂ ਦੇ ਅੰਦਰ ਅੰਦਰ ਮੇਰੇ ਬੱਚੇ ਨੂੰ ਇਸ ਦੁਨੀਆਂ ਤੋਂ ਵਿਦਾ ਕਰ ਦਿੱਤਾ ਜੀ। ਔਰ ਉਸ ਤੋਂ ਸਵਾ 2 ਸਾਲ ਹੋ ਗਏ ਦਰ ਦਰ ਤੇ ਭਟਕਦੇ ਫਿਰਦੇ ਆ, 2 ਸਾਲ ਹੋ ਗਏ ਹਲੇ ਚਾਰਜ ਫਰੇਮ ਹੋਏ ਨੇ ਮੇਰੇ ਕੇਸ ਦੇ, ਕੇਵਲ ਚਾਰਜ ਚਲਾਉਣ ਦੇ ਉੱਤੇ। ਉਹ ਸੈਂਟਰ ਦਾ ਦੇਖ ਲਓ 268 ਲਾਭ ਦੀ ਲੋਰੈਂਸ ਮਿਸ਼ਨ ਹੋਈ ਤੇ ਔਰ ਵਿਰਾਟ ਲੈ ਕੇ ਵੱਗ ਗਏ ਵੀਰੋ। ਮੁਕੱਦਮੇ ਸਾਰੇ ਪੰਜਾਬ ਹਰਿਆਣਾ ਹਿਮਾਚਲ ਦੇ ਨੇ, ਉੱਤਰੀ ਭਾਰਤ ਦੇ ਨੇ, ਵਿਰਾਟ ਦਾ ਕੀ ਕੰਮ ਹੈ? ਉਹ ਕਿਸੇ ਕੋਰਟ ਦੇ ਵਿੱਚ ਉਹਨੂੰ ਪੇਸ਼ ਨਹੀਂ ਹੋਣ ਦਿੱਤੇ। ਜਿਹੜਾ ਬੰਦਾ ਸਿਰ ਕੱਢਦਾ ਤੁਸੀਂ ਕੋਈ ਚੰਗਾ ਆਗੂ ਚੁਣਦੇ ਹੋ ਇਲਾਕੇ 'ਚ, ਉਹਨਾਂ ਦੇ ਫਿਰ ਵਿਉਂਤਾ ਕਰਨ ਲੱਗੇ ਨੇ, ਉਹਨਾਂ ਦੀ ਮੌਤ ਦੇ ਬਰੰਟ ਜਾਰੀ ਕਰਨ ਲੱਗੇ ਨੇ। ਹੁਣ ਲੋਰੈਂਸ ਦਾ ਜੰਗਲਾਤ ਦੇ ਵਿੱਚ ਕੰਮ ਕੀ ਹੈ ਦੱਸੋ? ਹੁਣ ਉਹ ਜਿਸ ਤਰ੍ਹਾਂ ਮੇਰਾ ਬੱਚਾ ਚੱਪਲਾਂ ਪਾ ਕੇ ਆਪਣੇ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਗਿਆ ਸ਼ਾਮ ਨੂੰ 10 ਮਿੰਟ, ਤੁਸੀਂ ਉਹ ਗੋਲੀਆਂ ਦੇ ਸਹੀ ਨਹੀਂ ਕਰਤਾ, ਤਾਂ ਲੋਰੈਂਸ ਜਿਹਦੇ ਉੱਤੇ 100 ਪਰਚੇ ਹੈ ਉਹ ਜਦੋਂ ਅਦਾਲਤ ਜਾਂਦਾ ਫਿਰ ਉਹਦੀਆਂ ਲੱਤਾਂ ਕਿਉਂ ਨਾ ਕੰਬਣ ਭਾਈ? ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹੀ ਗੱਲ ਕਹਿੰਦਾ ਨਾ, ਤੁਸੀਂ 3-3 DSP ਦੀ ਸਕਿਉਰਿਟੀ ਦਿੰਦੇ ਹੋ, ਉਹਨਾਂ ਦੀ ਰੱਖਿਆ ਕਰਦੇ ਹੋ, ਉਹਨਾਂ ਦੇ ਬ੍ਰਾਂਡਡ ਕੱਪੜੇ ਪਾ ਕੇ ਪੇਸ਼ ਕਰਦੇ ਹੋ, ਉਹਨਾਂ ਦੀਆਂ ਰੀਲਾਂ ਬਣਦੀਆਂ ਨੇ, ਤਾਂ ਸਾਡੇ ਯੂਥ ਦੇ ਉੱਤੇ ਕੀ ਪ੍ਰਭਾਵ ਪੈਂਦਾ ਗੁੰਡਿਆਂ ਦਾ? ਬੇਨਤੀ ਹੈ, ਮੈਂ ਕੋਈ ਚੋਣ ਪ੍ਰਚਾਰ ਜਾਂ ਕੋਈ ਮੈਂ ਸਟਾਰ ਕੰਟੇਨਰ ਦੇ ਤੌਰ 'ਤੇ ਮੈਂ ਕੁਛ ਨਹੀਂ ਹਾਂ ਵੀਰੋ। ਮੇਰਾ ਮਨ ਨੇ ਅੰਦਰੋਂ ਮੈਨੂੰ ਆਵਾਜ਼ ਦਿੱਤੀ ਵੀ ਤੂੰ ਵੀ ਜਾ, ਤੂੰ ਵੀ ਜਿਹੜੇ ਸਹੀ ਬੰਦੇ ਖੜੇ ਨੇ ਉਹਨਾਂ ਦੀ ਮਦਦ ਕਰ, ਜਾ ਕੇ ਲੋਕਾਂ ਨੂੰ ਉਹਦੇ ਹੱਥ ਬੰਨ, ਲੋਕਾਂ ਨੂੰ ਅਪੀਲ ਕਰ, ਸ਼ਾਇਦ ਤੇਰੀ ਅਪੀਲ ਦਾ ਲੋਕਾਂ ਦੇ ਮਨ 'ਤੇ ਥੋੜ੍ਹਾ ਬਹੁਤਾ ਅਸਰ ਹੋ ਜਾਵੇ।